ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਬਾਲਮੀਕ ਨੌਜਵਾਨ ਸਭਾ ਰੁੜਕਾ ਕਲਾਂ ਦੀ ਮੀਟਿੰਗ ਚੇਅਰਮੈਨ ਬੂਟਾ ਰਾਮ ਜੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਲਰਸ ਟੀਵੀ ਚੈਨਲ ਤੇ ਚੱਲ ਰਹੇ ਪ੍ਰੋਗਰਾਮ ਲਵ ਕੁਸ਼ ਤੇ ਭਗਵਾਨ ਬਾਲਮੀਕ ਜੀ ਦੀ ਛਵੀ ਨੂੰ ਲੋਕਾਂ ਸਾਹਮਣੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬਾਲਮੀਕ ਸਮਾਜ ਦੇ ਲੋਕਾਂ ਵਿੱਚ ਰੋਸ ਭਰਿਆ ਹੈ। ਇਸ ਤੇ ਬਾਲਮੀਕ ਸਮਾਜ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਅਜਿਹੇ ਚੈਨਲ ਜਾਤ ਪਾਤ ਦੇ ਨਾਮ ਤੇ ਦੇਸ਼ ਦੀ ਏਕਤਾ ਦੇ ਰਾਹ ਵਿੱਚ ਇੱਕ ਰੋੜੇ ਦਾ ਕੰਮ ਕਰਦੇ ਹਨ, ਅਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੇ ਹਨ, ਅਤੇ ਬਾਲਮੀਕ ਸਮਾਜ ਨੇ ਕਲਰਸ ਚੈਨਲ ਤੇ ਚੱਲ ਰਹੇ ਸੀਰੀਅਲ ਲਵ ਕੁਸ਼ ਨੂੰ ਬੰਦ ਕਰਨ ਦੀ ਮੰਗ ਕੀਤੀ। ਉਹਨਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰੋਗਰਾਮ ਚੱਲਦੇ ਰਹਿਣ ਨਾਲ ਦੇਸ਼ ਦੇ ਭਾਈਚਾਰੇ, ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੇ ਭੰਗ ਹੋਣ ਦਾ ਖਤਰਾ ਹੈ। ਅਜਿਹੇ ਵਿੱਚ ਉਹਨਾਂ ਦੀ ਸਰਕਾਰ ਤੇ ਸੈਂਸਰ ਬੋਰਡ ਕੋਲੋਂ ਇਸ ਧਾਰਾਵਾਹਿਕ ਨੂੰ ਬੰਦ ਕਰ ਦਿੱਤੇ ਜਾਣ ਦੀ ਮੰਗ ਹੈ, ਤਾਂ ਜੋ ਦੇਸ਼ ਦੇ ਲੋਕ ਜਾਤ ਪਾਤ ਵਰਗੀਆਂ ਬੁਰਾਈਆਂ ਤੋਂ ਉੱਪਰ ਉੱਠ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ। ਇਸ ਮੌਕੇ ਤੇ ਪ੍ਰਧਾਨ ਸੰਜੇ ਅਟਵਾਲ, ਬੂਟਾ ਰਾਮ ਜੀ ਤੋਂ ਇਲਾਵਾ ਪ੍ਰਧਾਨ ਜੀਤ ਲਾਲ, ਵਾਈਸ ਪ੍ਰਧਾਨ ਸਨੀ ਕਈ, ਸੈਕਟਰੀ ਮੰਗਾ ਕਈ, ਦਲਜੀਤ ਭੱਟੀ, ਅਜੇ ਕਈ, ਬਲਜੀਤ ਭੱਟੀ ਆਦਿ ਸ਼ਾਮਲ ਸਨ। ਰੁੜਕਾ ਕਲਾਂ ਵੱਲੋਂ ਸਮਾਜ ਬਾਲਮੀਕ ਭਾਈਚਾਰਾ ਵੱਲੋਂ ਅਪੀਲ ਕੀਤੀ ਸੀ ਕਿ ਰੁੜਕਾ ਕਲਾਂ ਬੰਦ ਕੀਤਾ ਜਾਵੇ, ਔਰ ਅਸੀਂ ਰੁੜਕਾ ਕਲਾਂ ਬੰਦ ਕਰਕੇ ਸ਼ਹਿਰ ਗ੍ਰਹਿਆਂ 'ਚ ਆਏ ਹਾਂ, ਅਤੇ ਸਾਡਾ ਗ੍ਰਹਿਆਂ ਕਮੇਟੀ ਨੇ, ਬਾਲਮੀਕ ਭਾਈਚਾਰੇ ਨੇ, ਦੁਕਾਨਦਾਰਾਂ ਨੇ, ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ। ਅਸੀਂ ਦਿਲੋਂ ਥੈਂਕਸ ਉਹਨਾਂ ਦਾ। ਅਤੇ ਅਸੀਂ ਜੋ ਕਲਰ ਟੀ ਵੀ 'ਤੇ ਗਲਤ ਦਿਖਾ ਰਹੇ ਹਾਂ ਨਾਟਕ ਬਾਲਮੀ ਮਹਾਰਾਜ ਬਾਰੇ, ਗਲਤ ਵਿਚਾਰ ਦੱਸ ਰਹੇ ਆ, ਜੋ ਨਹੀਂ ਹੋਇਆ ਉਹ ਦਿਖਾ ਰਹੇ ਆ, ਉਹਨਾਂ ਅੱਗੇ ਅਪੀਲ ਕਰਦੇ ਕਿ ਇਸ ਨੂੰ ਬੰਦ ਕੀਤਾ ਜਾਵੇ। ਸਰਕਾਰ ਅੱਗੇ ਅਪੀਲ ਕਰਦੇ ਕਿ ਇਸ ਜੋ ਗਲਤ ਨਾਟਕ ਚੱਲ ਰਿਹਾ ਉਹਨੂੰ ਬੰਦ ਕੀਤਾ ਜਾਵੇ ਅਤੇ ਸਾਡੀ ਕਾਰਵਾਈ ਸੁਣੀ ਜਾਵੇ। ਥੈਂਕ ਯੂ। ਜੈ ਵਾਲਮੀਕੀ, ਜੈ ਰਵਿਦਾਸ, ਜੈ ਭੀਮ, ਜੈ ਵਾਲਮੀਕੀ, ਹਰਿ ਵਾਲਮੀਕੀ। ਕਲਰਸ ਟੀ ਵੀ 'ਤੇ ਜਿਹੜਾ ਨਾਟਕ ਦਿਖਾਇਆ ਜਾ ਰਿਹਾ ਸੀ ਆਰ ਰਾਮ ਕੇ ਲਵ ਕੁਸ਼, ਉਸ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਕਰਨ ਦੀ ਕੌਲ ਹੋਈ, ਅਸੀਂ ਪੰਜਾਬ ਬੰਦ ਕਰਾਇਆ। ਇਹ ਨਾਟਕ ਵਿੱਚ ਸ਼੍ਰੀ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਛਵੀ ਖਰਾਬ ਕਰਕੇ, ਤੋੜ ਮਰੋੜ ਕੇ ਇਹ ਨਾਟਕ ਨੂੰ ਪੇਸ਼ ਕੀਤਾ ਗਿਆ, ਜਿਸ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਨਾਟਕ ਨੂੰ ਬੰਦ ਕੀਤਾ ਜਾਵੇ ਅਤੇ ਇਸ 'ਤੇ ਪਰਚਾ ਕੀਤਾ ਜਾਵੇ। ਅਗਰ ਨਹੀਂ ਕੁਛ ਵੀ ਕੇਂਦਰ ਸਰਕਾਰ ਕਰਦੀ ਜਲਦੀ, ਤਾਂ ਇਹ ਰੋਸ ਪ੍ਰਦਰਸ਼ਨ ਚੱਲਦੇ ਰਹਿਣਗੇ ਅਤੇ ਬਾਲਮੀਕੀ ਸਮਾਜ ਇਹ ਪ੍ਰਦਰਸ਼ਨ ਕਰਦਾ ਰਹੇਗਾ।